ਜਲੰਧਰ ਦੇ ਵਿੱਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ। ਦੋ ਦਿਨ ਪਹਿਲਾਂ ਅਹਾਤੇ ਤੇ ਖਾਣ ਪੀਣ ਦਾ ਬਿੱਲ ਮੰਗਣ ਤੇ ਕੁਝ ਬਦਮਾਸ਼ਾਂ ਦੇ ਵੱਲੋਂ ਜੰਮ ਕੇ ਗੁੰਡਾਗਰਦੀ ਕੀਤੀ ਗਈ। ਦੋ ਦਿਨ ਪਹਿਲਾਂ ਉਸ ਅਹਾਤੇ ਤੇ ਵੀ ਗੁੰਡਾਗਰਦੀ ਕੀਤੀ ਗਈ ਔਰ ਜਿਸ ਵਿਅਕਤੀ ਨੇ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਬੰਦਿਆਂ ਨੇ, ਉਹਨਾਂ ਬਦਮਾਸ਼ਾਂ ਨੇ ਅੱਜ ਦੋ ਦਿਨਾਂ ਬਾਅਦ ਉਸ ਵਿਅਕਤੀ ਨੂੰ ਪਠਾਨਕੋਟ ਬਾਈਪਾਸ ਦੇ ਕੋਲ ਘੇਰ ਕੇ ਤਿੰਨ ਵਿਅਕਤੀਆਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਹਦੀ CCTV ਫੁਟੇਜ ਜਿਹੜੀ ਹੈ ਇਸ ਵੇਲੇ ਬਾਹਰ ਆ ਚੁੱਕੀ ਹੈ। ਤੁਹਾਨੂੰ ਆਪਾਂ ਦੈਨਿਕ ਸਵੇਰਾ 'ਤੇ ਐਕਸਕਲੂਸਿਵ ਫੁਟੇਜ ਦਿਖਾ ਰਹੇ ਹਾਂ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 10 ਤੋਂ 12 ਜਿਹੜੇ ਗੁੰਡੇ ਨੇ ਉਹਨਾਂ ਨੇ ਇੱਕ ਥਾਰ ਗੱਡੀ ਨੂੰ ਘੇਰਿਆ ਜਿਹਦੇ ਵਿੱਚ ਤਿੰਨ ਵਿਅਕਤੀ ਸਵਾਰ ਸੀਗੇ। ਤਿੰਨ ਵਿਅਕਤੀਆਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹਨਾਂ ਦਾ ਕਸੂਰ ਇੰਨਾ ਹੀ ਸੀਗਾ ਕਿ ਦੋ ਦਿਨ ਪਹਿਲਾਂ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਉਹ ਅਹਾਤੇ 'ਤੇ ਖਾ ਪੀ ਰਹੇ ਸੀਗੇ। ਖਾਣ ਪੀਣ ਦਾ ਮਹਿਜ਼ 1400-1500 ਰੁਪਏ ਦਾ ਬਿੱਲ ਬਣਿਆ ਅਤੇ ਜਦੋਂ ਅਹਾਤੇ ਦੇ ਮਾਲਕ ਨੇ ਬਿੱਲ ਮੰਗਿਆ ਤਾਂ ਪਹਿਲਾਂ ਇਹਨਾਂ ਗੁੰਡਿਆਂ ਨੇ ਉਸ ਵਿਅਕਤੀ 'ਤੇ ਹਮਲਾ ਕੀਤਾ ਔਰ ਜਿਸ ਬੰਦੇ ਨੇ ਵਿੱਚ ਪੈ ਕੇ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਗੱਲਬਾਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਉਸ ਵਿਅਕਤੀ ਦੇ ਨਾਲ ਵੀ ਦੋ ਦਿਨਾਂ ਬਾਅਦ ਇਸ ਤਰ੍ਹਾਂ ਖੁੰਦਕ ਕੱਢੀ, ਉਸ ਤਰ੍ਹਾਂ ਇਸ ਨੂੰ ਘੇਰਾ ਪਾ ਕੇ ਗੁੰਡਾਗਰਦੀ ਕੀਤੀ, ਖੁੰਦਕ ਕੱਢੀ। ਪਹਿਲਾਂ ਇਹਨਾਂ 'ਤੇ ਪਿਛਲੇ ਇੱਕ ਚੌਂਕ 'ਤੇ ਫਾਇਰ ਕੀਤੇ ਗਏ, ਹਮਲਾ ਕੀਤਾ ਗਿਆ ਸੀਗਾ, ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਤੋਂ ਬਾਅਦ ਅੱਗੇ ਪਠਾਨਕੋਟ ਬਾਈਪਾਸ ਚੌਂਕ ਦੇ ਬਿਲਕੁਲ ਕੋਲ ਆ ਕੇ ਦੁੱਗਲ ਰੈਸਟੋਰੈਂਟ ਦੇ ਕੋਲ ਥਾਰ ਗੱਡੀ ਨੂੰ ਘੇਰ ਕੇ ਇਸ ਤਰ੍ਹਾਂ 10 ਤੋਂ 12 ਮੁੰਡਿਆਂ ਨੇ ਜਾਨਲੇਵਾ ਹਮਲਾ ਕੀਤਾ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਟਾਂ ਮਾਰੀਆਂ ਗਈਆਂ, ਗੱਡੀ ਦੀ ਭੰਨਤੋੜ ਕੀਤੀ ਗਈ ਤਾਂ ਜਿਹੜੇ ਮੁੰਡੇ ਅੰਦਰ ਬੈਠੇ ਸੀਗੇ ਉਹਨਾਂ 'ਤੇ ਗੰਡਾਸੀਆਂ ਅਤੇ ਦਾਤਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ। ਮੰਗਾ ਨਾਮ ਦਾ ਬਦਮਾਸ਼ ਦੱਸਿਆ ਜਾ ਰਿਹਾ, ਇੱਕ ਵਿਅਕਤੀ ਦੱਸਿਆ ਜਾ ਰਿਹਾ ਜਿਹਦੇ 'ਤੇ ਆਰੋਪ ਹੈ ਇਸ ਤਰ੍ਹਾਂ ਦੇ ਜਾਨਲੇਵਾ ਹਮਲਾ ਕਰਨ ਦਾ। ਔਰ ਸਿਰਫ ਗੱਲ ਇੰਨੀ ਸੀਗੀ ਕਿ 1400-1500 ਰੁਪਏ ਦਾ ਅਹਾਤੇ ਦਾ ਬਿੱਲ ਬਣਿਆ ਸੀਗਾ, ਬਿੱਲ ਮੰਗਣ 'ਤੇ ਪਹਿਲਾਂ ਅਹਾਤੇ ਦੇ ਮਾਲਕ ਦੇ ਨਾਲ ਗੁੰਡਾਗਰਦੀ ਕੀਤੀ ਗਈ ਔਰ ਉਸ ਤੋਂ ਬਾਅਦ ਉੱਥੇ ਖੜ੍ਹੇ ਵਿਅਕਤੀਆਂ ਦੇ ਨਾਲ ਵੀ ਖੁੰਦਕ ਪੈਣ ਦੇ ਬਾਅਦ ਦੋ ਦਿਨ ਬਾਅਦ ਅੱਜ ਘੇਰਾ ਪਾ ਕੇ ਥਾਰ ਗੱਡੀ 'ਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ। ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਮੁੰਡੇ ਆਉਂਦੇ ਨੇ, ਹਮਲਾ ਕਰਦੇ ਨੇ, ਫਿਰ ਪਿੱਛੇ ਦੌੜਦੇ ਨੇ, ਗੰਡਾਸੀਆਂ ਦਾਤਰ ਇਹਨਾਂ ਦੇ ਹੱਥ ਦੇ ਵਿੱਚ ਨੇ, ਇੱਟਾਂ ਦੇ ਨਾਲ ਪਹਿਲਾਂ ਗੱਡੀ ਦੇ ਸ਼ੀਸ਼ੇ ਤੋੜਦੇ ਨੇ, ਫਿਰ ਜਿਹੜੇ ਅੰਦਰ ਵਿਅਕਤੀ ਬੈਠਦੇ ਨੇ ਉਹਨਾਂ ਨੂੰ ਵੀ ਬੇਖੌਫ ਹੋ ਕੇ ਬੇਰਹਿਮੀ ਦੇ ਨਾਲ ਉਹਨਾਂ 'ਤੇ ਵੀ ਇੱਟਾਂ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਤਿੰਨੋਂ ਮੁੰਡੇ ਜਿਹੜੇ ਨੇ ਇਸ ਗੱਡੀ ਦੇ ਵਿੱਚ, ਤਿੰਨ ਮੁੰਡੇ ਸਵਾਰ ਜ਼ਖਮੀ ਹੋਏ ਨੇ, ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ, ਜ਼ਖਮੀ ਕਰਾਇਆ ਗਿਆ। ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਔਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਅੱਜ ਦੁਪਹਿਰ 2:30 ਵਜੇ ਦੇ ਕਰੀਬ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ 'ਤੇ ਦੇਖਣ ਨੂੰ ਮਿਲਿਆ, ਜਿੱਥੇ ਹਮੇਸ਼ਾ ਰਸ਼ ਰਹਿੰਦਾ, ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਆਉਂਦੇ ਜਾਂਦੇ ਨੇ। ਉੱਥੇ ਬੇਖੌਫ ਹੋ ਕੇ ਇਹਨਾਂ ਬਦਮਾਸ਼ਾਂ ਨੇ ਮੁੰਡਿਆਂ 'ਤੇ ਹਮਲਾ ਕੀਤਾ। ਤਾਂ ਤੁਸੀਂ ਦੇਖੋ ਬੇਰਹਿਮੀ ਦੇ ਨਾਲ ਡੰਡੇ ਇਹਨਾਂ ਦੇ ਹੱਥ ਦੇ ਵਿੱਚ ਨੇ, ਗੰਡਾਸੀਆਂ ਇਹਨਾਂ ਦੇ ਹੱਥ ਦੇ ਵਿੱਚ ਨੇ, ਦਾਤਰ ਇਹਨਾਂ ਦੇ ਹੱਥ ਦੇ ਵਿੱਚ ਨੇ, ਇੱਟਾਂ ਦੇ ਨਾਲ ਹਮਲਾ ਕਰ ਰਹੇ ਨੇ। ਇੱਕ ਵਿਅਕਤੀ ਆਉਂਦਾ ਹਮਲਾ ਕਰਕੇ ਪਿੱਛੇ ਚਲਾ ਜਾਂਦਾ ਹੈ, ਫਿਰ ਦੂਸਰਾ ਆਉਂਦਾ ਹੈ, ਦੋ ਬੰਦੇ ਅੱਗੇ ਬੈਠੇ ਨੇ, ਇੱਕ ਤੀਜਾ ਵਿਅਕਤੀ ਵੀ ਪਿਛਲੀ ਗੱਡੀ 'ਤੇ ਪਿਛਲੀ ਸੀਟ 'ਤੇ ਬੈਠਾ ਨਜ਼ਰ ਆ ਰਿਹਾ, ਵਿਖਾਈ ਦੇ ਰਿਹਾ, ਉਹਦੇ 'ਤੇ ਵੀ ਹਮਲਾ ਕਰਦੇ ਨੇ। ਆਪਣਾ ਬਚਾਅ ਕਰਨ ਦੀ ਵੀ ਜਿਹੜੇ ਥਾਰ ਦੇ ਵਿੱਚ ਬੈਠੇ ਨੇ ਮੁੰਡੇ ਉਹ ਵੀ ਕੋਸ਼ਿਸ਼ ਕਰਦੇ ਨੇ, ਪਰ ਕਿਉਂਕਿ ਮੁੰਡਿਆਂ ਦੀ ਤਾਦਾਦ ਗਿਣਤੀ ਬਹੁਤ ਵੱਡੀ ਸੀਗੀ ਔਰ ਇਸ ਤਰ੍ਹਾਂ ਉਹਨਾਂ 'ਤੇ ਹਮਲਾ ਕੀਤਾ ਜਾ ਰਿਹਾ ਸੀਗਾ ਕਿ ਉਹ ਨਾ ਤਾਂ ਇੱਥੋਂ ਭੱਜ ਪਾਏ, ਨਾ ਹੀ ਮੁੰਡੇ ਜਿਹੜੇ ਨੇ ਅਟੈਕ ਜਿਹੜਾ ਡਿਫੈਂਸ ਦੇ ਵਿੱਚ ਅੱਗੇ ਅਟੈਕ ਵੀ ਕਰ ਪਾਏ। ਤਾਂ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਮੁੰਡਿਆਂ ਨੇ ਆ ਕੇ ਦਿਨ ਦਿਹਾੜੇ ਜਲੰਧਰ ਦੇ ਇੱਕ ਬੀਜ਼ੀ ਚੌਂਕ ਦੇ ਵਿੱਚ ਇਸ ਤਰ੍ਹਾਂ ਹਮਲਾ ਕੀਤਾ। ਮਹਿਜ਼ ਇੱਕ ਹਫ਼ਤੇ ਦਾ ਬਿੱਲ ਭਰਨ 'ਤੇ, ਬਿੱਲ ਮੰਗਣ 'ਤੇ
ਬਿੱਲ ਦੇ ਪੈਸੇ ਮੰਗਣ 'ਤੇ ਇਹ ਘਟਨਾ ਇੱਥੇ ਤੱਕ ਵਾਪਰ ਗਈ। ਦੋ ਦਿਨ ਪੁਰਾਣੀ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹਾਂ, ਦੋ ਦਿਨ ਪੁਰਾਣੀ ਵੀਡੀਓ ਵੀ ਦਿਖਾਉਂਦੇ ਹਾਂ ਜਦੋਂ ਜਿਸ ਵੇਲੇ ਹਾਤੇ ਦਾ ਬਿੱਲ ਬਣਿਆ ਸੀਗਾ, ਬਿੱਲ ਮੰਗਣ 'ਤੇ ਕਾਊਂਟਰ 'ਤੇ ਹਾਤੇ ਦੇ ਮਾਲਕ ਦੇ ਵੱਲੋਂ ਜਦੋਂ ਮੰਗੇ ਨਾਮ ਦੇ ਵਿਅਕਤੀ ਕੋਲੋਂ, ਮੰਗੇ ਨਾਮ ਦੇ ਬਦਮਾਸ਼ ਦੇ ਕੋਲੋਂ ਪੈਸੇ ਮੰਗੇ ਗਏ ਤਾਂ ਇਸ ਤਰ੍ਹਾਂ ਉਸਨੇ ਕੁਰਸੀ ਤੋਂ ਲੱਤਾਂ ਖਿੱਚ ਕੇ ਹਾਤੇ ਮਾਲਕ ਦੀਆਂ ਉਹਦੇ 'ਤੇ ਹਮਲਾ ਕੀਤਾ। ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਮਲਾ ਕੀਤਾ ਉਹਦੇ 'ਤੇ। ਇਹਦਾ ਕਸੂਰ ਇੰਨਾ ਹੀ ਸੀਗਾ ਉਸ ਵੇਲੇ ਕਿ ਇਹਨੇ ਪੈਸੇ ਮੰਗੇ ਸੀਗੇ, ਜਿਹੜਾ ਖਾਣ ਪੀਣ ਦਾ ਬਿੱਲ ਬਣਿਆ ਸੀਗਾ ਉਸ ਵੇਲੇ ਹੰਗਾਮਾ ਹੋਇਆ ਹਾਤੇ 'ਤੇ। ਜੋ ਹੰਗਾਮਾ ਦੋ ਦਿਨ ਪਹਿਲਾਂ ਦੀ ਵਾਰਦਾਤ ਸੀਗੀ, ਉਸ ਵੇਲੇ ਜਿਹੜੇ ਮੁੰਡੇ ਮੌਜੂਦ ਸੀਗੇ ਉੱਥੇ, ਉਹਨਾਂ ਦੇ ਨਾਲ ਵੀ ਕਹਾ ਇਹ ਜਿਹੜਾ ਵਿਵਾਦ ਹੋਇਆ ਮੰਗੇ ਦਾ, ਤਾਂ ਮੰਗੇ ਨੇ ਦੋ ਤਿੰਨ ਦਿਨਾਂ ਬਾਅਦ ਅੱਜ ਪਠਾਨਕੋਟ ਬਾਈਪਾਸ ਚੌਂਕ 'ਤੇ ਘੇਰਾ ਪਾ ਕੇ ਇਸ ਤਰ੍ਹਾਂ ਥਾਰ ਗੱਡੀ ਦੇ ਵਿੱਚ ਜਾ ਰਹੇ ਸੀਗੇ ਮੁੰਡਿਆਂ 'ਤੇ ਹਮਲਾ ਕੀਤਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।